ਗੱਲ ਆਸਟ੍ਰੇਲੀਆ ਦੀ ਕਰਨ ਜਾ ਰਹੇ ਹਮੇਸ਼ਾ ਆਪਾਂ ਸਟੂਡੈਂਟ ਵੀਜ਼ਾ ਦੀ ਤਾਂ ਗੱਲ ਕਰਦੇ ਹਾਂ ਪਰ ਨਾਲ ਦੀ ਨਾਲ ਜਿਹੜੇ ਉਹਨਾਂ ਦੇ ਪੇਰੈਂਟਸ ਨੇ ਉਹ ਵੀ ਚਾਹੁੰਦੇ ਨੇ ਕਿ ਸਾਡੇ ਬੱਚੇ ਜਦ ਉੱਥੇ ਗਏ ਨੇ ਤਾਂ ਅਸੀਂ ਕਿਵੇਂ ਵਧੀਆ ਢੰਗ ਦੇ ਨਾਲ ਸਹੀ ਪ੍ਰੋਸੈਸ ਦੇ ਨਾਲ ਅੱਗੇ ਵਧੀਏ ਤੇ ਆਪਣੇ ਬੱਚਾ ਕੋਲ ਜਾ ਸਕੀਏ ਟੂਰਿਸਟ ਵੀਜ਼ਾ ਦੀ ਸਪੈਸ਼ਲੀ ਆਪਾਂ ਅੱਜ ਗੱਲ ਕਰਾਂਗੇ ਸੋ ਬਹੁਤ ਖਾਸ ਗੱਲਾਂ ਨੇ ਜੋ ਕਿ ਸਟੂਡੈਂਟਸ ਦੇ ਨਾਲ ਨਾਲ ਪੇਰੈਂਟਸ ਲਈ ਵੀ ਖਾਸ ਰਹਿਣ ਵਾਲੀਆਂ ਨੇ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਔਰ ਅੱਜ ਇੱਕ ਖਾਸ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਸ ਸੋ ਵੀਜ਼ਾ ਐਕਸਪ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਮੈਮ ਦਾ ਤਕਰੀਬਨ 26-27 ਸਾਲਾਂ ਦਾ ਐਕਸਪੀਰੀਅੰਸ ਔਰ ਮੈਂ ਹਰ ਵਾਰ ਜਿਵੇਂ ਗੱਲ ਕਰਦੀ ਆ ਕਿ ਇਸ ਐਕਸਪੀਰੀਅੰਸ ਦੇ ਵਿੱਚ ਢੇਰ ਸਾਰੇ ਵੀਜ਼ਾ ਲੱਗੇ ਨੇ ਢੇਰ ਸਾਰੇ ਪ੍ਰੋਗਰਾਮਸ ਵੱਖ-ਵੱਖ ਪ੍ਰੋਫਾਈਲਸ ਤੇ ਕੰਮ ਕੀਤਾ ਗਿਆ ਸੋ ਅੱਜ ਆਪਾਂ ਖਾਸ ਤੌਰ ਤੇ ਟੂਰਿਸਟ ਵੀਜ਼ਾ ਦੀ ਗੱਲ ਕਰ ਰਹੇ ਹਾਂ ਸੋ ਮੈਮ ਜਿਵੇਂ ਕਿ ਮੈਂ ਸ਼ੁਰੂਆਤ ਵਿੱਚ ਗੱਲ ਕੀਤੀ ਹੈ ਪੇਰੈਂਟਸ ਵੀ ਜਦੋਂ ਕੁਝ ਸਮਾਂ ਬੱਚਾ ਆਸਟ੍ਰੇਲੀਆ ਲਗਾ ਲੈਂਦਾ ਪੇਰੈਂਟਸ ਵੀ ਆਉਂਦੇ ਨੇ ਕਿ ਅਸੀਂ ਇੱਕ ਵਾਰੀ ਜਾ ਕੇ ਆਈਏ ਬੱਚਾ ਨੂੰ ਮਿਲ ਕੇ ਆਈਏ ਸੋ ਕਿੰਨੇ ਕੋ ਚੰਗੇ ਢੰਗ ਦੇ ਨਾਲ ਆਪਾਂ ਟੂਰਿਸਟ ਵੀਜ਼ਾ ਦੇ ਵੀ ਦੇਖ ਰਿਹਾ ਰਿਜ਼ਲਟ ਉੱਪਰ ਵੀ ਪੂਰੀ ਜਾਣਕਾਰੀ ਜ਼ਰੂਰ ਸਾਂਝੀ ਕਰਿਓ ਹਰਜੋਤ ਦੇਖੋ ਜਿਹੜੇ ਵੀ ਸਟੂਡੈਂਟਸ ਆ ਜੀ ਜਦ ਉਹਨਾਂ ਨੇ ਆਸਟ੍ਰੇਲੀਆ ਜਾਣਾ ਹੈ ਤੇ ਆਸਟ੍ਰੇਲੀਆ ਜਾਣ ਦੇ ਬਾਅਦ ਕਿਧਰੇ ਨਾ ਕਿਧਰੇ इमोਸ਼ਨਲੀ ਹਰ ਬੰਦਾ ਹੀ ਆਪਣੀ ਫੈਮਿਲੀ ਤੋਂ ਅਟੈਚਡ ਹੁੰਦਾ ਹੈ ਹਮ ਠੀਕ ਹੈ ਹੁਣ ਜਦ ਫੈਮਿਲੀ ਨਾਲ ਅਟੈਚਡ ਹੈ ਤੇ ਬੱਚਾ ਤੇ ਐਨੀ ਟਾਈਮ ਦੇ ਕੈਨ ਕਮ ਕਿਉਂਕਿ ਇਹ ਜਿਹੜਾ ਵੀਜ਼ਾ ਐਂਡ ਮਤਲਬ ਉਹਦੇ ਵਿੱਚ ਕੋਈ ਰੈਸਟ੍ਰਿਕਸ਼ਨ ਨਹੀਂ ਹੁੰਦੀ ਵਨ ਟਾਈਮ ਵਾਲੇ ਕਿ ਉਹ ਜਾ ਕੇ ਜਦੋਂ ਉਹਨਾਂ ਦਾ ਸਮੈਸਟਰ ਬ੍ਰੇਕ ਹੋਇਆ ਮਤਲਬ ਛੁੱਟੀਆਂ ਬੜੀ ਜ਼ਿਆਦਾ ਨਹੀਂ ਹੋਣੇ ਚਾਹੀਦੀਆਂ ਉਸ ਤੋਂ ਉਹਨਾਂ ਦੀ ਸਟੱਡੀ ਸਫਰ ਕਰਦੀ ਹੈ ਤੇ ਉਹ ਘਰ ਆ ਸਕਦੇ ਆ ਬਟ ਹੁਣ ਪੇਰੈਂਟਸ ਦੇਖਣਾ ਚਾਹੁੰਦੇ ਆ ਕਿ ਬੱਚੇ ਕਿਸ ਮਾਹੌਲ ਚ ਰਹਿ ਰਹੇ ਆ ਕੰਟਰੀ ਕਿਦਾਂ ਦਾ ਐ ਐਂਡ ਪੇਰੈਂਟਸ ਵਾਸਤੇ ਬਹੁਤ ਜ਼ਰੂਰੀ ਐ ਨਾਲ ਬੱਚੇ ਨੂੰ ਹੀ ਕੋਈ इमोशनल ਸਪੋਰਟ ਮਿਲਦੀ ਐ ਜਦੋਂ ਉਹ ਪੜ ਰਹੇ ਆ ਕਿਉਂਕਿ ਇੱਥੇ ਦੀ ਪੜ੍ਹਾਈ ਤੇ ਉੱਥੇ ਦੀ ਪੜ੍ਹਾਈ ਦੇ ਵਿੱਚ ਕਾਫੀ ਫਰਕ ਹੈ ਅਸਾਈਨਮੈਂਟ ਬੇਸ ਸਿਸਟਮ ਜ਼ਿਆਦਾ ਹੈ ਟੈਕਨੋਲੋਜੀ ਬੇਸ ਸਿਸਟਮ ਜ਼ਿਆਦਾ ਹੈ ਆਨਲਾਈਨ ਹਰ ਚੀਜ਼ ਜਿਹੜੀ ਆ ਹੁਣ ਬਿਕੋਜ਼ AI ਬਹੁਤ ਜ਼ਿਆਦਾ ਇਸ ਟਾਈਮ ਆ ਰਿਹਾ ਹੈ ਤੇ ਉਸ ਕਾਰਨ ਮੈਕਸਿਮਮ ਚੀਜ਼ਾਂ ਟੈਕਨੋਲੋਜੀ ਬੇਸ ਹੈ ਤੇ ਇਹ ਬੱਚਾ ਹੁਣ ਨਹੀਂ ਚਾਹੁੰਦਾ ਬਿਕੋਜ਼ 20 ਆਵਰਸ ਦਾ ਜਿਹੜਾ ਇਹਨਾਂ ਦਾ ਵਰਕ ਪਰਮਿਟ ਵੀ ਹੁੰਦਾ ਡਿਊਰਿੰਗ ਸਟੱਡੀਜ਼ ਕੰਮ ਵੀ ਕਰਦੇ ਆ ਇੱਕ ਅਲੱਗ ਕਿਸਮ ਦਾ ਪ੍ਰੈਸ਼ਰ ਹੁੰਦਾ ਸਟੂਡੈਂਟ ਤੇ ਇੱਥੋਂ ਜਾਣ ਦੇ ਬਾਅਦ ਤੇ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਪੇਰੈਂਟਸ ਗ੍ਰੈਂਡ ਪੇਰੈਂਟਸ ਜਾਂ ਬ੍ਰਦਰ ਸਿਸਟਰਸ ਨੂੰ ਨਾਲੋਂ ਮਿਲ ਕੇ ਆਣ ਤੇ ਜੇਸ ਤੋਂ ਉਹਨਾਂ ਨੂੰ ਵੀ ਪਤਾ ਚੱਲੇ ਉੱਥੇ ਦੇ ਮਾਹੌਲ ਦਾ ਤੇ ਉਹਦੇ ਵਾਸਤੇ ਜਿਹੜਾ ਆਸਟ੍ਰੇਲੀਆ ਏੰਬੈਸੀ ਜਾਂ ਕੋਈ ਵੀ ਏੰਬੈਸੀ ਜਿਹੜਾ ਪੇਰੈਂਟਸ ਨੂੰ ਵੀਜ਼ਾ ਜਾਂ ਗ੍ਰੈਂਡ ਪੇਰੈਂਟਸ ਜਾਂ ਰਿਲੇਟਿਵਸ ਨੂੰ ਥੋੜਾ ਈਜ਼ੀ ਹੁੰਦਾ ਬਿਕਾਜ਼ ਉਹਨਾਂ ਦੀ ਕਮਿਟਮੈਂਟ ਹੈ ਬੱਚਾ ਉੱਥੇ ਪੜ ਰਿਹਾ ਹੈ ਐਂਡ ਉਹਨਾਂ ਦਾ ਇੱਕ ਟਾਈ ਅਪ ਆਪਣੀ ਹੋਮ ਕੰਟਰੀ ਤੋਂ ਕਿਉਂਕਿ ਟੂਰਿਸਟ ਵੀਜ਼ਾ ਦੀ ਇੱਕ ਏ ਜ਼ਰੂਰੀ ਚੀਜ਼ ਹੈ ਹੋਮ ਕੰਟਰੀ ਤੋਂ ਟਾਈ ਅਪ ਤੇ ਇਸ ਟਾਈਮ ਥੋੜਾ ਜਿਹਾ इजीली ਦੇ ਰਹੇ ਹੈ ਜਿਹੜਾ ਇਵਨ ਬ੍ਰਦਰ ਸਿਸਟਰਸ ਨੂੰ ਵੀ ਥੋੜਾ ਈਜ਼ੀ ਦੇ ਰਹੇ ਹੈ ਟੂਰਿਸਟ ਵੀਜ਼ਾ ओके सो मैम मैं, मैं जरूर चाहूंगी कि आप आगे ਜਿਹੜੇ ਵੀ ਇੰਟਰਸਟਿਡ ਪੇਰੈਂਟਸ ਨੇ ਜਾਂ ਜਿਵੇਂ ਤੁਸੀਂ ਕਿਹਾ ਭੈਣ ਭਰਾ ਵੀ ਜਾ ਸਕਦੇ ਨੇ ਸੋ ਕੀ ਕੀ ਰਿਕੁਆਇਰਮੈਂਟਸ ਉਹਨਾਂ ਦੀ ਪ੍ਰੋਫਾਈਲ ਲਈ ਵੀ ਚਾਹੀਦੀਆਂ ਨੇ ਮੈਂ ਜ਼ਰੂਰ ਚਾਹੂੰਗੀ ਪ੍ਰੋਸੈਸ ਵਾਈਜ਼ ਆਪਾਂ ਉਹਨਾਂ ਨੂੰ ਵੀ ਥੋੜਾ ਗਾਈਡ ਕਰੀਏ ਇਸ ਵੀਡੀਓ ਦੇ ਜ਼ਰੀਏ ਦੇਖੋ ਜਿਹੜੇ ਆ ਥੋੜਾ ਜਿਹਾ ਬੱਚਾ ਕੋਈ ਇੱਥੇ ਭੈਣ ਭਰਾ ਹੈ ਜਾਂ ਪੇਰੈਂਟਸ ਹੈ ਜੋ ਵੀ ਜੋਬ ਕਰ ਰਹੇ ਹੈ بزਨਸ ਹੈ ਉਹਦੇ ਡਾਕੂਮੈਂਟਸ ਲੱਗਦੇ ਆ ਉਹਨਾਂ ਦੇ ਇਨਕਮ ਟੈਕਸ ਰਿਟਰਨਸ ਲੱਗਦੀਆਂ ਅੱਜ ਇਹ ਕੁਝ ਬੈਂਕ ਦੇ ਵਿੱਚ ਸੇਵਿੰਗ ਹੈ ਈਵਨ ਪੇਰੈਂਟਸ ਦਾ ਤਾਂ ਅਸੀਂ ਦੇਖਿਆ ਕਿ ਜੇ 3-4 ਲੱਖ ਦੀ ਵੀ ਸੇਵਿੰਗ ਹੈ ਉਹਦੇ ਵਿੱਚੋਂ ਵੀਜ਼ਾ ਦੇ ਦਿੰਦੇ ਆ 2.5-3 ਲੱਖ ਚ ਵੀ ਅਸੀਂ ਦੇਖਿਆ ਪੇਰੈਂਟਸ ਨੂੰ ਵੀਜ਼ਾ ਬਟ ਆ ਡੋਨਟ ਐਨਕਰ ਇਸ ਕਿ ਐਨੇ ਘੱਟ ਸੇਵਿੰਗ ਚ ਦੋ ਕੈਟਾਗਰੀ ਹੋ ਜਾਂਦੀ ਹੈ ਇੱਕ ਬੱਚਾ ਪੀਆਰ ਹੋ ਗਿਆ ਤੇ ਨੇਚਰਲ ਹੈ ਫਿਰ ਜਿਹੜਾ ਬਹੁਤ ਘੱਟ ਅਮਾਉਂਟ ਦੇ ਵਿੱਚ ਉਹ ਦੇ ਦਿੰਦੇ ਆ ਔਰ ਇੱਕ ਜਿਹੜਾ ਬੱਚਾ ਅਜੇ ਪੜ ਰਿਹਾ ਹੈ that means ਤੁਹਾਨੂੰ ਥੋੜਾ ਸ਼ੋਅ ਕਰਨਾ ਹੈ ਕਿਉਂਕਿ ਸਟੂਡੈਂਟ ਉੱਥੇ ਪੜ ਰਿਹਾ ਹੈ ਤੇ ਉਹ ਮਤਲਬ ਤੁਸੀਂ ਇਸ लायक ਹੋ ਕਿ ਬੱਚੇ ਦੀ ਪੜ੍ਹਾਈ ਹੋ ਰਹੀ ਹੈ ਤੁਸੀਂ ਘੁੰਮ ਫਿਰ ਵੀ ਸਕਦੇ ਹੋ ਐਂਡ ਮਤਲਬ ਥੋੜਾ ਜਿਹਾ ਈਜ਼ੀ ਹੈ ਸਮ ਟਾਈਮ ਇਟਸ ਨਾਟ ਈਜ਼ੀ ਬਟ ਥਿਸ ਟਾਈਮ ਇਟਸ ਈਜ਼ੀ ਜਿਹੜਾ ਟੂਰਿਸਟ ਵੀਜ਼ਾ ਥੋੜਾ ਆਰਾਮ ਨਾਲ ਦੇ ਰਿਹਾ ਹੈ ਜੀ ਜੀ ਠੀਕ ਹੈ ਚਲੋ ਮੈਮ ਸੋ ਆਪਾਂ ਨਾਲ ਦੀ ਨਾਲ ਇੱਥੇ ਵੀ ਹੁਣ ਥੋੜੀ ਵਿੱਚ ਫੱਬ ਇਨਟੇਕ ਦੀ ਵੀ ਗੱਲ ਕਰ ਲੈਨੇ ਆ ਸੋ ਅ ਇਸ ਟਾਈਮ ਦੇ ਵਿੱਚ ਕਿੰਨੇ ਕੁ ਜਲਦੀ ਸਟੂਡੈਂਟ ਆਪਣਾ ਪ੍ਰੋਸੈਸ ਕੰਪਲੀਟ ਕਰ ਸਕਦਾ ਔਰ ਅਗਰ ਆਪਾਂ ਰਿਜ਼ਲਟਸ ਦੀ ਵੀ ਗੱਲ ਕਰੀਏ ਸਟੂਡੈਂਟਸ ਦੇ ਮਨ ਵਿੱਚ ਥੋੜੀ ਚਿੰਤਾ ਆਸਟ੍ਰੇਲੀਆ ਜਦੋਂ ਆਪਾਂ ਗੱਲ ਕਰਦੇ ਆ ਸਟੱਡੀ ਵੀਜ਼ਾ ਦੀ ਗੱਲ ਕਰਦੇ ਆ ਸੋ ਰਿਜ਼ਲਟਸ ਨੂੰ ਲੈ ਕੇ ਵੀ ਕਾਫੀ ਕਨਸਰਨ ਨਜ਼ਰ ਆਂਦੇ ਨੇ ਸਟੂਡੈਂਟਸ ਨੂੰ ਸੋ ਪੂਰੀ ਸਥਿਤੀ ਹੁਣ ਕੀ ਹੈ ਆਸਟ੍ਰੇਲੀਆ ਸਟੱਡੀ ਵੀਜ਼ਾ ਨੂੰ ਲੈ ਕੇ ਉਸੇ ਵੀ ਕਲੈਰਟੀ ਜ਼ਰੂਰ ਦਿਓ ਸਟੂਡੈਂਟਸ ਨੂੰ ਦੇਖੋ ਜਿਹੜਾ ਇਹਨਾਂ ਦਾ ਕੋਟਾ ਹੈ ਜਾਂ ਕੁਝ ਵੀ ਕਹਿ ਲਓ ਨਾ ਇਹ ਸਾਲ ਦਾ ਉਹ ਤੇ ਇਹਨਾਂ ਨੇ ਦੇਣਾ ਹੀ ਹੁੰਦਾ ਹੈ ਬਟ ਅੱਛੀ ਯੂਨੀਵਰਸਿਟੀਆਂ ਦਾ ਵੀਜ਼ਾ ਔਰ ਜੇ ਪੇਰੈਂਟਸ ਦੀ ਇਨਕਮ ਅੱਛੀ ਆ ਰਹੀ ਹੈ ਜਿਹੜਾ ਇਹ ਅਸੀਂ ਹੁਣ ਦੇਖ ਰਹੇ ਹਾਂ ਪਿਛਲਾ ਟ੍ਰੈਂਡ ਜੀ ਕਿ ਹੁਣ ਕੁਝ ਯੂਨੀਵਰਸਿਟੀਆਂ ਪੇਰੈਂਟਸ ਦੀ ਦੋਨਾਂ ਦੀ ਇਨਕਮ ਮਿਲਾ ਕੇ 12 ਲੱਖ ਦੇ ਨੇੜੇ ਲੈ ਰਹੀਆਂ ਕੁਝ ਯੂਨੀਵਰਸਿਟੀਆਂ ਮੈਂ ਪਿਛਲੇ ਪ੍ਰੋਗਰਾਮ 'ਚ ਵੀ ਦੱਸਿਆ ਸੀਗਾ ਕਿ ਫਾਦਰ ਇਕੱਲਾ ਸਪான்ਸਰ ਹੈ ਤੇ 10 ਲੱਖ ਔਰ ਮਦਰ ਸਪான்ਸਰ ਨਾਲ ਕਰ ਰਹੀ ਹੈ ਤੇ 15 ਲੱਖ that means ਕਿਧਰੇ ਨਾ ਕਿਧਰੇ ਇਨਕਮ ਕਰਾਈਟੇਰੀਆ ਵਧ ਗਿਆ ਹੋਇਆ ਹੈ ਕਿ ਜਿਹੜਾ 10 ਲੱਖ ਦੇ ਆਈਟੀਆਰ ਹੈ 5 ਲੱਖ ਮਦਨ ਨੇ ਕੀਤੀ 5 ਲੱਖ ਮਦਨ ਨੇ ਕੀਤੀ ਉਹ ਟੈਕਸ ਫਰੀ ਹੈ ਉਹਨਾਂ ਨੂੰ ਵੀ ਸਮਝ ਆ ਜਾਂਦਾ ਕਿ ਇਹ ਟੈਕਸ ਤੇ ਕੋਈ ਪੇ ਨਹੀਂ ਕਰ ਰਹੇ ਇਹ ਤਾਂ ਗੱਲਾਂ ਸਾਡੇ ਕੋਲ ਯੂਨੀਵਰਸਿਟੀਆਂ ਨੇ 2 ਸਾਲ ਤੋਂ ਦੱਸਣੀ ਸ਼ੁਰੂ ਕਰਤੀਆਂ ਕਿ ਜਦ ਪੇਰੈਂਟਸ ਟੈਕਸ ਨਹੀਂ ਪੇ ਕਰ ਰਹੇ ਉਹ ਥੋੜਾ ਇੱਕ ਪੋਜ਼ਿਟਿਵ ਨਹੀਂ ਹੁੰਦਾ ਬੈਟਰ ਹੈ ਕਿ ਕੁਝ ਟੈਕਸ ਪੇ ਕਰਨ ਵਾਲੀ ਇਨਕਮ ਟੈਕਸ ਰਿਟਰਨਸ ਹੋਣ ਔਰ ਸੇਵਿੰਗ ਅੱਛੇ ਹੋਣੇ ਚਾਹੀਦੀਆਂ ਹੁਣ ਸਮਝ ਲਓ ਚਾਰ ਅਕਾਊਂਟ ਚ ਉਹਨਾਂ ਦੀ ਸੇਵਿੰਗਸ ਹੈ ਕਿਉਂਕਿ ਇੱਕ ਜੈਨੂਇਨ ਸੇਵਿੰਗਸ ਹੈ ਜਦ ਪੇਰੈਂਟ ਸੇਵਿੰਗ ਕਰਦੇ ਬਹੁਤ ਪੁਰਾਣੀ ਸੇਵਿੰਗ ਨਹੀਂ ਮੰਗਦੇ ਖਾਲੀ 3 ਮੰਥ 올ਡ ਜਦ ਤੁਸੀਂ ਇਨਕੁਆਇਰੀ ਕਰ ਰਹੇ ਹੋ ਮੰਨ ਲਓ ਹੁਣ ਜੁਲਾਈ ਇਨਟੇਕ ਹੈ ਤੁਹਾਡੇ ਕੋਲ ਬਹੁਤ ਟਾਈਮ ਹੈ ਜੇ ਸੇਵਿੰਗ ਕਰਨ ਦਾ ਖਾਲੀ 3 ਮਹੀਨੇ ਪੁਰਾਣੀ ਸੇਵਿੰਗ ਚਾਹੀਦੀ ਹੁੰਦੀ ਹੈ ਔਰ ਜਦ ਤੁਹਾਡਾ ਮਤਲਬ ਇੱਕੋ ਜਗ੍ਹਾ 25 ਲੱਖ 30 ਲੱਖ ਰੱਖਣ ਦੀ ਵਜ੍ਹਾ ਹੈ 10 ਲੱਖ ਕਿਸੇ ਅਕਾਊਂਟ ਚ ਹੈ 2 ਲੱਖ ਕਿਸੇ ਅਕਾਊਂਟ ਚ ਹੈ 4 ਲੱਖ ਕਿਸੇ ਚ ਹੈ ਇਹ ਇੱਕ ਜੈਨੂਨ ਜਾਂ ਪ੍ਰੋਫਾਈਲ ਬੰਦਾ ਬਿਖਰੇ ਹੋਏ ਫੰਡ ਜਿਹੜਾ ਇੱਕ ਸਰਵਿਸਮੈਨ ਹੈ ਜਾਂ ਬਿਜ਼ਨਸਮੈਨ ਹੈ ਜਦ ਇਨਕਮ ਛੋਟੇ ਛੋਟੇ ਸੇਵਿੰਗ ਕਰਦੇ ਆ ਹਾਊਸ ਵਾਈਫ ਛੋਟੇ ਛੋਟੇ ਸੇਵਿੰਗ ਕਰਦੀ ਹੈ ਤੇ ਉਹ ਇੱਕ ਇਹਨਾਂ ਨੂੰ ਲੱਗਦਾ ਕਿ ਜੈਨੂਨ ਸੇਵਿੰਗਸ ਹੈ ਇਹ ਨਹੀਂ ਕਿ ਚੱਕੇ ਤੁਸੀਂ ਤੇਲਕ ਪਾਤਾ ਜਾਂ ਤਾਂ ਕੋਈ ਲੈਂਡ ਸੇਲ ਹੋਈ ਆ ਜਾਂ ਕੁਝ ਲੇਕਿਨ ਉਹਨਾ ਤਾਂ ਲੈਂਡ ਸੇਲ ਦਾ ਵੀ ਆਈਕਲ ਆਨਲਾਈਨ ਪ੍ਰੂਫ ਚੜਦਾ ਹੈ ਕਿਉਂਕਿ ਉਹਦੇ ਵਿੱਚ ਪਰ ਲੋਕਾਂ ਨੂੰ ਜਿਨ੍ਹਾਂ ਦੀ ਹਾਈਵੇ ਤੇ ਲੈਂਡਸ ਆਈਆਂ ਕਰੋੜਾ ਰੁਪਇਆ ਵੀ ਮਿਲਿਆ ਤੇ ਉਹ ਤੇ ਕੇਸ ਆਪਣੇ ਆਪ ਜੀ ਬਹੁਤ ਸਟਰੋਂਗ ਹੋ ਜਾਂਦਾ ਕਿ ਜਦ ਤੁਸੀਂ 70 ਅਸੇ ਲੱਗਦੀ ਕੋਈ ਅਚਾਨਕ ਐਫ ਡੀ ਦਿਖਾਈ ਹੈ ਔਰ ਜਿਹਦਾ ਸੋਰਸ ਜਿਹੜਾ ਸੇਲ ਆਫ ਲੈਂਡ ਆਇਆ ਹੈ ਜਿਹੜਾ ਔਨ ਰਿਕਾਰਡ ਚੜਿਆ ਹੋਇਆ ਹੈ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਬਟ ਜੇ ਤੁਸੀਂ ਸੇਵਿੰਗ ਛੋਟੇ ਛੋਟੇ ਦਿਖਾਈਆਂ ਜਿਹੜੀ ਖੱਲੀ ਜ਼ਰੂਰਤ ਦੇ ਮੁਤਾਬਿਕ ਦਿਖਾਈਆਂ ਤੇ ਉਹਦੇ ਵਿੱਚ ਤੁਹਾਡੀ ਸੇਵਿੰਗ ਇੱਕ ਪ੍ਰੋਪਰ ਤਰੀਕੇ ਨਾਲ ਹੋਣੀ ਚਾਹੀਦੀ ਹੈ ਇਨਕਮ ਟੈਕਸ ਰਿਟਰਨ ਪ੍ਰੋਪਰ ਹੋਣੇ ਚਾਹੀਦੀਆਂ ਯੂਨੀਵਰਸਿਟੀ ਅੱਛੀ ਹੋਣੀ ਚਾਹੀਦੀ ਹੈ ਗੈਪ ਹੋਣਾ ਨਹੀਂ ਚਾਹੀਦੀ ਹੈ ਆਇਲਸ ਅੱਛਾ ਹੋਣਾ ਚਾਹੀਦਾ ਤੁਹਾਡੇ ਵੀਜ਼ੇ 'ਚ ਫੇਰ ਕੋਈ ਪ੍ਰੋਬਲਮ ਨਹੀਂ ਆ ਕਿਉਂਕਿ ਜਿੰਨੇ ਗੈਪਸ ਹੈ ਉਹਨੇ ਹੀ ਵੀਜ਼ੇ 'ਚ ਪ੍ਰੋਬਲਮ ਬਿਲਕੁਲ ਸਹੀ ਢੰਗ ਦੇ ਨਾਲ ਅਗਰ ਆਪਾਂ ਪ੍ਰੋਸੈਸ ਕਰਦੇ ਹਾਂ ਤਾਂ ਕਿਸੇ ਵੀ ਤਰ੍ਹਾਂ ਦੀ ਪ੍ਰੋਫਾਈਲ ਹੈ ਸਹੀ ਤਰੀਕੇ ਨਾਲ ਕੰਮ ਕੀਤਾ ਜਾਏ ਤਾਂ ਵੀਜ਼ਾ ਆਣਾ ਮਮਕਨ ਹੋ ਸਕਦਾ ਹੈ ਸੋ ਅੱਜ ਆਪਾਂ ਸਪੈਸ਼ਲੀ ਟੂਰਿਸਟ ਵੀਜ਼ਾ ਦੀ ਵੀ ਗੱਲ ਕੀਤੀ ਹੈ ਸੋ ਜਿੰਨੇ ਵੀ ਪੇਰੈਂਟਸ ਇਸ ਵੀਡੀਓ ਦੇ ਨਾਲ ਜੁੜੇ ਨੇ ਅਗਰ ਤੁਸੀਂ ਹੁਣ ਤੱਕ ਸੋਚ ਰਹੇ ਸੀ ਸਹੀ ਪ੍ਰੋਸੈਸ ਬਾਰੇ ਸਮਝ ਨਹੀਂ ਆ ਰਹੀ ਸੀ ਤਾਂ ਜ਼ਰੂਰ ਤੁਸੀਂ ਜਿਹੜਾ ਨੰਬਰ ਡਿਸਪਲੇਅਰ ਇਜ਼ ਅਪਰ ਕਾਲ ਕਰਕੇ ਵੀ ਜੋ ਹੈ ਅਪਲਾਈ ਕਰ ਸਕਦੇ ਹੋ ਤੇ ਪੂਰੀ ਜਾਣਕਾਰੀ ਦੇ ਨਾਲ ਹਮੇਸ਼ਾ ਅੱਗੇ ਵਧਿਆ ਕਰੋ ਤਾਂ ਕਿ ਕਿਤੇ ਵੀ ਮਿਸ ਗਾਈਡ ਤੁਸੀਂ ਨਾ ਹੋਵੋ ਸੋ ਨੈਵੀਗੇਟਰ ਓਵਰਸੇਅਰ ਜੋ ਕਿ ਹਮੇਸ਼ਾ ਹੀ ਹਰੇਕ ਤਰ੍ਹਾਂ ਦੀ ਪ੍ਰੋਫਾਈਲ ਨੂੰ ਹੈਲਪ ਕਰਦੇ ਨੇ ਰਾਈਟ ਗਾਈਡੈਂਸ ਦਿੰਦੇ ਨੇ ਤਾਂ ਕਿ ਚਾਹੇ ਸਟੂਡੈਂਟ ਨੇ ਚਾਹੇ ਕਿ ਉਹਨਾਂ ਦੇ ਪੇਰੈਂਟ ਟੂਰਿਸਟ ਵੀਜ਼ਾ ਤੇ ਜਾਣਾ ਚਾਹੁੰਦੇ ਨੇ ਉਹ ਸਹੀ ਢੰਗ ਨਾਲ ਹੀ ਅੱਗੇ ਵਧਣ ਸੋ ਇਸ ਨੰਬਰ ਤੇ ਕਾਲ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਅਗਰ ਤੁਸੀਂ ਮੈਮ ਨੂੰ ਮਿਲਣਾ ਚਾਹੁੰਦੇ ਹੋ ਤਾਂ ਤੁਸੀਂ ਨੈਵੀਗੇਟਰ ਓਵਰਸੀਜ਼ ਅਫੀਸ ਵਿਜ਼ਿਟ ਕਰੋ ਔਰ ਆਪਣੇ ਡਾਕੂਮੈਂਟ ਦੀ ਅਸੈਸਮੈਂਟ ਕਰਵਾ ਕੇ ਸਹੀ ਜਾਣਕਾਰੀ ਦੇ ਨਾਲ ਲੱਗੇ ਬਹੁਤ ਬਹੁਤ ਥੈਂਕਸ ਮੈਮ ਅੱਜ ਤੁਸੀਂ ਟੂਰਿਸਟ ਵੀਜ਼ਾ ਨੂੰ ਲੈ ਕੇ ਵੀ ਤੁਸੀਂ ਅਵੇਅਰ ਕੀਤਾ ਸਾਡੇ ਦਰਸ਼ਕਾਂ ਨੂੰ ਤੇ ਅੱਗੋਂ ਵੀ ਅਸੀਂ ਸਟੂਡੈਂਟਸ ਲਈ ਹੋਰ ਇਨਫੋਰਮੇਟ के अंदर ਰਵਾਂਗੇ ਫਿਲਹਾਲ ਇਹ ਸਾਨੂੰ ਦਿਓ ਜੀ ਇਜਾਜ਼ਤ थैंक यू सो मच थैंक यू